ਵਿਵਾਦਿਤ ਯੂਟਿਊਬਰ ਐਲਵਿਸ ਯਾਦਵ ਜੇਲ੍ਹ ਦੇ ਵਿੱਚੋਂ ਬਾਹਰ ਆਇਆ। ਹਾਲਾਂਕਿ ਉਸਨੇ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ, ਆਪਣੇ ਪਰਿਵਾਰ ਦੇ ਨਾਲ ਘਰ ਚਲਾ ਗਿਆ। ਕੁੱਟਮਾਰ ਦੇ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ। ਦੱਸਦੇ ਕਿ ਗੁਰੂਗ੍ਰਾਮ ਪੁਲਿਸ ਨੇ ਬਿਆਨ ਲਏ ਸੀ, ਕੋਰਟ ਦੇ ਵਿੱਚ ਪੇਸ਼ ਕੀਤਾ, ਤਾਂ ਹੁਣ ਐਲਵਿਸ ਯਾਦਵ ਨੂੰ ਜ਼ਮਾਨਤ ਦਿੱਤੀ ਗਈ ਹੈ। ਦੱਸਦੇ ਕਿ ਕੱਲ੍ਹ ਵੀ ਇੱਕ ਕੇਸ ਦੇ ਵਿੱਚੋਂ ਰਾਹਤ ਦਿੱਤੀ ਗਈ ਸੀ ਔਰ ਦੂਸਰਾ ਮਾਮਲਾ ਕੁੱਟਮਾਰ ਦਾ ਸੀ। ਇਸ ਦੇ ਵੱਲੋਂ ਇੱਕ ਸ਼ਖਸ ਦੇ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਦੇ ਖਿਲਾਫ ਕਾਰਵਾਈ ਕੀਤੀ ਗਈ, ਤਾਂ ਹੁਣ ਗੁਰੂਗ੍ਰਾਮ ਦੀ ਪੁਲਿਸ ਨੇ ਇਸ ਤੋਂ ਬਿਆਨ ਲਏ, ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਤਾਂ ਇਸ ਨੂੰ ਜ਼ਮਾਨਤ ਆ ਜਿਹੜੀ ਮਿਲ ਚੁੱਕੀ ਹੈ, ਆਪਣੇ ਪਰਿਵਾਰ ਦੇ ਨਾਲ ਘਰ ਦੇ ਲਈ ਰਵਾਨਾ ਹੋ ਗਿਆ। ਨੋਇਡਾ ਪੁਲਿਸ ਨੇ ਐਲਵਿਸ ਨੂੰ ਉਸਦੇ ਵੱਲੋਂ ਦਿੱਤੀਆਂ ਜਾਂਦੀਆਂ ਪਾਰਟੀਆਂ ਦੇ ਵਿੱਚ ਸੱਪ ਦੇ ਜ਼ਹਿਰ ਦੇ ਸ਼ੱਕੀ ਵਰਤੋਂ ਦੇ ਮਾਮਲੇ ਦੇ ਵਿੱਚ ਐਤਵਾਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਮਾਮਲੇ ਦੇ ਵਿੱਚ ਰਾਹਤ ਦਿੰਦੇ ਹੋਏ ਕੋਰਟ ਨੇ ਐਲਵਿਸ ਨੂੰ 50,000 ਦੇ ਦੋ ਜ਼ਮਾਨਤੀ ਬਰਾਂਡ ਭਰਨ ਦੇ ਲਈ ਕਿਹਾ ਸੀ। ਐਲਵਿਸ 17 ਮਾਰਚ ਤੋਂ ਗ੍ਰੇਟਰ ਨੋਇਡਾ ਦੀ ਲੁਕਸਰ ਜੇਲ੍ਹ ਦੇ ਵਿੱਚ ਬੰਦ ਸੀ, ਤਾਂ ਕੱਲ੍ਹ ਇਸ ਮਾਮਲੇ ਦੇ ਵਿੱਚੋਂ ਜ਼ਮਾਨਤ ਦਿੱਤੀ ਗਈ, ਤਾਂ ਦੂਸਰਾ ਮਾਮਲਾ ਕੁੱਟਮਾਰ ਦੇ ਨਾਲ ਸੰਬੰਧਿਤ ਸੀ। ਤਾਂ ਹੁਣ ਦੋਵੇਂ ਮਾਮਲਿਆਂ ਦੇ ਵਿੱਚੋਂ ਐਲਵਿਸ ਨੂੰ ਜ਼ਮਾਨਤ ਮਿਲ ਗਈ ਔਰ ਐਲਵਿਸ ਆਪਣੇ ਪਰਿਵਾਰ ਦੇ ਨਾਲ ਅੱਜ ਘਰ ਚਲੇ ਗਏ। ਇਸ ਪੂਰੇ ਮਾਮਲੇ ਦੇ ਬਾਰੇ ਗੁਰੂਗ੍ਰਾਮ ਦੀ ਪੁਲਿਸ ਨੇ ਕੀ ਕਿਹਾ, ਤੁਸੀਂ ਵੀ ਸੁਣੋ। ਆਏ ਹੋਏ ਥੇ ਯਹਾਂ ਭੀ ਪੇਸ਼ ਕਬ ਆਏ ਥੇ ਅਭੀ ਯਹਾਂ ਪੇ ਅੱਛਾ ਨਹੀਂ ਨਹੀਂ ਹਮੇ ਨਹੀਂ ਮਿਲੇ ਹਮੇ ਨਹੀਂ ਠੀਕ ਹੈ।